ਹੱਥ ਨੇ ਘਰੇ ਇਹਨੂੰ ਸਾਡੇ ਕੋਲ ਇੱਥੇ ਭਲੀ ਜਾਂਦੇ ਰਹਿੰਦੇ ਵੀ ਕਿੱਧਰ ਜਾ ਨੌਵਾਂ ਜਾ ਚੱਲਣਾ ਚੰਗਾ ਆਪਣੀ ਬਣਾ ਇਹ ਕਰੀ ਜਾਂਦੇ ਆਪਣਾ ਬਲੌਗ ਸ਼ੁਰੂ ਕਹਿੰਦੀ ਮੈਂ ਆਪਦਾ ਬਲੌਗ ਸ਼ੁਰੂ ਕਰੂੰ ਮੇਰੀ ਵੀਡੀਓ ਨਾ ਬਣਾ ਹੁਣ ਉਹ ਉੱਧਰ ਵੱਗ ਗਈ ਉੱਥੇ ਜਾ ਕੇ ਕਰੂੰ ਉਹ ਨਹੀਂ ਕਰਦਾ ਤੂੰ ਆਪਣੀ ਬਣਾ ਮੈਂ ਆਪਣੀ ਬਣਾ ਕਹਿੰਦੀ ਮੇਰੀ ਵੀਡੀਓ ਨਹੀਂ ਬਣਾਉਣੀ ਤੁਸੀਂ ਆਪਦੀ ਬਣਾ ਰਸੋਈ 'ਚ ਵੜੀ ਰਸੋਈ 'ਚ ਅੱਜ ਸੰਡੇ ਆ ਇਹਨੂੰ ਹੈਗੀ ਛੁੱਟੀ ਅੱਜ ਸੰਡੇ ਘਰੇ ਵਿਹਲਾ ਸਕੂਟਰੀ ਨੂੰ ਅੱਜ ਹੋ ਗਏ 15 ਦਿਨ ਅੰਦਰ ਖੜੀ ਨੂੰ ਉਹਦਾ ਲੋਕ ਵਾਲਾ ਮੰਨ ਲਓ ਕੋਈ ਬਣਿਆ ਨਹੀਂ ਹੱਲ ਹੋਇਆ ਨਹੀਂ ਲੋਕ ਵਾਲਾ ਬਾਈ ਨੂੰ ਕਿਹਾ ਸੀ ਲੋਕ ਮੰਗਵਾ ਦੇ ਉਹਨਾਂ ਨੇ ਮੰਗਵਾ ਕੇ ਨਹੀਂ ਦਿੱਤਾ ਅੱਜ ਫਿਰ ਬਾਈ ਨੂੰ ਫੋਨ ਕਰਿਆ ਮੈਂ ਬਾਈ ਯਾਰ ਲੋਕ ਦਾ ਹੱਲ ਕਰ ਦਿਓ ਵੀ ਉਹ ਕਹਿੰਦੇ ਸ਼ਾਮ ਨੂੰ ਦੇਖਾਂਗੇ ਅਤੇ ਹੁਣ ਅਸੀਂ ਇਹਦਾ ਆਪ ਹੀ ਓਪਰੇਸ਼ਨ ਕਰਦੇ ਹਾਂ ਉਹਨੂੰ ਖੋਲ੍ਹ ਕੇ ਲੋਕ ਲੂਕ ਪੱਟ ਕੇ ਸਿੱਧੀ ਬਿਨਾਂ ਲੋਕ ਤੋਂ ਡਾਇਰੈਕਟ ਹੀ ਕਰੰਟ ਕਰ ਦਿੰਦੇ ਇੱਕ ਵਾਰੀ ਇਹਦਾ ਸਕੂਟਰੀ ਕੱਢਦੇ ਆਪਾਂ ਬਾਹਰ ਇਹਦਾ ਹੋਇਆ ਪਿਆ ਬੁਰਾ ਹਾਲ ਕਹਾਂ ਮਿੱਟੀ ਨਾਲ ਅਤੇ ਇੱਧਰ ਡੁੱਬੂ ਬਾਹਰ ਫੜ ਕੇ ਖੜਾ ਮੈਂ ਗੇਟ ਫੜ ਕੇ ਖੜਾ ਚਲੋ ਸਕੂਟਰੀ ਨੇ ਸਾਡੀ ਨੂੰ ਲੱਗੀ ਪਈ ਆ ਉੱਲੀ 15 ਦਿਨ ਹੋ ਗਏ ਇਹਨੂੰ ਅੰਦਰ ਖੜੀ ਨੂੰ ਤੂੰ ਤਾਂ ਖੋਲ੍ਹ ਖਾਂ ਇਹਨੂੰ ਦੇਖ ਅੱਜ ਕੀ ਕਰਨਾ ਆਉਂਦਾ ਕਰੀਏ ਸਕੂਟਰੀ ਦਾ ਆਪਰੇਸ਼ਨ ਕਿੱਥੋਂ ਪਹਿਲਾਂ ਲੋਕ ਖੋਲ੍ਹਣਾ ਸਿੱਧੀ ਡਾਇਰੈਕਟ ਕਰੰਟ ਕਰਕੇ ਦੇਖਣਾ ਕਿੱਧਰੋਂ ਖੋਲੂ ਤੂੰ ਦੇਖਣਾ ਸਿੱਧਾ ਡਾਇਰੈਕਟ ਕਰਨਾ ਇਹਦਾ ਕਰੰਟ ਦਾ ਜਾ ਬਜੀ ਉਹ ਫੜ ਕੇ ਲੈ ਕਿਹੜੀ ਚਾਬੀ ਲੱਗੂ ਇਹਨੂੰ ਕਰਾਸ ਲੈ ਜਾ ਤੂੰ ਦਾ ਚਾਬੀ ਲਿਆ ਯਾਰ 12 ਤੇਰਾ ਦੀ ਇੱਕ ਛੋਟੀ ਚਾਬੀ ਦੀ 12 ਤੇਰਾ ਦੀ ਚਾਬੀ ਇੱਕ ਗੋਲ ਜਾਂ ਪੰਨ ਆ ਆਪਾਂ ਹੀ ਚੱਲਦੇ ਆ ਯਾਰ ਨਾ ਹੈਪੀ ਨੂੰ ਚੜਾ ਲਵਾਂਗੇ ਨਾਲ ਹੁਣ ਚੱਲਦੇ ਆ ਹੈਪੀ ਕੋਲ ਇੱਕ ਚਾਬੀ ਜੀ ਚਾਹੀਦੀ ਪਤਾ ਨਹੀਂ ਕਿਹੜੀ ਲੱਗੂ ਮੈਨੂੰ ਤਾਂ ਪਤਾ ਨਹੀਂ ਹੈਪੀ ਦੱਸੂਗਾ ਕਿਹੜੀ ਲੱਗੂ ਉਹ ਚਾਬੀ ਲੈ ਕੇ ਆਉਂਦੇ ਆ ਆ ਗਏ ਸੀ ਹੈਪੀ ਕੋਲ ਹੈਪੀ ਚਾਬੀ ਦੇਈ ਯਾਰ ਆ ਫੱਟਾ ਨਾ ਕਿਉਂ ਨਾਉਣ ਲੱਗ ਗਿਆ ਇਹ ਆ ਰਹੀ ਜਦੋਂ ਆਇਆ ਪਤਾ ਮੈਂ ਬਰੀ ਆ ਯਾਰ ਤੈਨੂੰ ਬੁਲਾਇਆ ਕਿਸੇ ਨੇ ਕੋਈ ਬੁੱਲੀ ਨਾ ਹੈਲੋ ਬਿਨਾ ਕੰਮ ਤੋਂ ਹੀ ਬੁੱਲੀ ਹੋ ਜਾਂਦਾ ਏ ਏ ਗੁੱਡੇ ਓਏ ਆ ਚਾਬੀ ਆ ਆ ਲੱਗੂ ਮਿਲਾ ਦਾ ਓਏ ਆ ਆ ਫੜਾ ਹੀ ਪਾਣਾ ਆ ਜਾਨ ਆ ਲੱਗੂ ਚੱਬੂ ਯਾਰ ਆ ਗਿਆ ਓਏ ਆਈ ਇੰਨਾ ਕੰਮ ਕਰੀ ਜਾਂਦਾ ਓਏ ਮੈਂ ਠੀਕ ਆ ਲੱਗੂ ਆ ਲੈ ਕੇ ਜਾਣਾ ਆਇਆ ਲੈਣ ਤਾਂ ਮੈਂ ਆਇਆ ਸੀ ਪਾਣਾ ਦਿਖਾਈ ਤੂੰ ਲੈਣ ਦਾ ਮੈਂ ਪਾਨਾ ਆਇਆ ਸੀਗਾ ਤੇ ਮੈਂ ਭੁੱਲ ਗਿਆ ਤੇ ਡੁੱਗੂ ਨੇ ਚੱਕ ਲਿਆ ਮੇਰੇ ਯਾਦ ਹੀ ਨਹੀਂ ਸੀ ਮੈਂ ਪਾਨਾ ਲੈਣਾ ਡੁੱਗੂ ਦਾ ਦਿਮਾਗ 3 ਜੋੜੀਆਂ ਤੇ ਮੈਨੂੰ ਦੱਸੇ ਨੇ ਹੁਣ ਦੇਖਦੇ ਆ ਇਹਨੂੰ ਕਰੰਟ ਕਰੰਟ ਕਿਹੜੇ ਪਾਸੇ ਕਿੱਧਰ ਦੀ ਕਿਵੇਂ ਡਾਇਰੈਕਟ ਕਰਨਾ ਬੂ ਸਿਸਟਮ ਲਾਉਨੇ ਤੂੰ ਕੀ ਕਰਨਾ ਪੇਚ ਕਸ ਜਾ ਹੋ ਬਾਬਾ ਜਾ ਹੋ ਬਾਬਾ ਹੱਡਾ ਸਕੂਟਰੀ ਖਰਾਬ ਹੋ ਗਈ ਉਹ ਲੈ ਕੇ ਦੇ ਬਾਬਾ 10 ਰੁਪਏ ਲੈ ਚੱਲ ਚੱਲ ਵੀ ਇਹ ਹਾਂ ਉਹ ਚੱਲ ਵੀ ਲੌਕ ਤੋੜ ਭਾਈ ਲੌਕ ਖੋਲਣ ਵਾਲਾ ਰਹਿ ਗਿਆ ਹੁਣ ਹੁਣ ਲੌਕ ਰਹਿ ਗਿਆ ਬਸ ਸਕੂਟਰੀ ਸਾਡੀ ਚੱਲ ਪਈ ਡਾਇਰੈਕਟ ਕਰਤੀ ਸਿੱਧੀ ਹੁਣ ਇਕੱਲਾ ਲੌਕ ਰਹਿ ਗਿਆ ਲੌਕ ਤੋੜਨੀ ਇਹਦਾ ਫਾਜ਼ਿਲਕਾ ਫਿਰੋਜ਼ਪੁਰ ਉੱਠੜ ਜਾ ਹੋ ਗਈ ਸਿੱਧੀ ਬਸ बंद हो गई इथों सही नहीं लगी ਨਾ ਆ ਸੋਚੀ ਜੀ ਗੱਟੇ ਤਾਂ ਬੰਦ ਹੋ ਜਾਂਦੀ ਮੈਨੂੰ ਲੱਗਦਾ ਕਿਹੜੀ ਸੱਚ ਆ ਇਧਰਲੀ ਲਾਈਟ ਆਈ ਵਾਲੀ ਕਿੱਥੋਂ ਓ ਯਾਰ ਲੱਗੀ ਨਹੀਂ ਰੀਜੀ ਦੇ ਗੋਲੀਆਂ ਕੱਢਦੇ ਤੇ ਕਿਸੇ ਕੰਮ ਦੇ ਖਾਣੀ ਤੇ ਸਿਰ ਦੁਖਣਾ ਵੱਟ ਗਿਆ
बंद करने वाला सिस्टम देख कित लो भी स्कूटरी का असी करता काम ਤੇ ਲੋਗ ਲੁਕ ਪਟਦਾ ਕਰਤਾ ਸੀ ਤਾਂ ਡਾਇਰੈਕਟ ਸੋਚ ਕਰਤੀ ਚੱਲ ਵੀ ਚੱਲ ਵੀ ਚੱਲ ਵੀ ਚੱਲ ਵੀ ਚੱਲ ਵੀ ਬੈਗ ਵੀ ਬੈਗ ਵੀ ਬੈਗ ਕਿੱਥੋਂ ਕਹਿੰਦਾ ਇਹਦਾ ਪਰ ਅਮਰ ਆਰ ਤੇ ਆ ਸਿਆ ਸਿਆ ਚੱਲ ਲੋ ਵੀ ਬੈਗ ਵੀ ਚੱਲ ਵੀ ਸਿੱਧੀ ਵੀ ਚੱਲ ਵੀ ਲੋਗ ਲੁਕ ਪਟਦਾ ਡਾਇਰੈਕਟ ਕਰਤਾ ਕਰੰਟ ਕੰਮ ਚੱਲਦਾ ਹੋ ਜੀ ਇਹਨਾਂ ਦਾ ਲੋਗ ਲੁਕ ਜਿੱਦੇ ਪਾਇ ਦੇਖਾਂ ਆਰ ਨੇ ਦੇਖਾ ਯਾਰ ਲਾਈਟਾਂ ਲੂਟਾਂ ਸਭ ਜਗਾ ਦੀਆਂ ਸੀ ਸਾਰਾ ਕੁਝ ਹੀ ਕਰਤਾ ਸੈੱਟ ਜਗਾੜੀਏ ਤਗੜੇ ਹੈ ਜਗਾੜ ਲਾ ਹੀ ਲਿਆ ਫਿਰ ਹਾਰਦੇ ਥੱਕਦੇ ਨੇ ਉਦੋਂ ਦੇ ਹੀ ਲਾ ਲੈਂਦੇ ਅਸੀਂ 15 ਦਿਨ ਹੋ ਗਏ ਖੜੀ ਇੱਥੇ ਘਰੇ स्टेप बाय स्टेप थोड़ी समझ च नहीं आना ऐ समझाना औखा है थोड़ा जिहा साडे कोल कारीगर बड़ा तगड़ा है ਚੱਲ ਪਈ ਇੱਥੋਂ ਤਾਰਾਂ ਕੱਢਦੀਆਂ ਸੀ ਜਦੋਂ ਤਾਰ ਨਾਲ ਤਾਰ ਪਿੱਟ ਕੇ ਉਦੋਂ ਸਟਾਰਟ ਹੋ ਜਾ ਕਰ ਖੜੀ ਜਾ ਦੇਖ ਕੇ ਉਹ ਖੜ ਜਾ ਭਰਾਵਾ ਇੱਧਰ ਹੋ ਜਾ ਤੂੰ ਅੱਡ ਡਰਾਈਵਰ ਬਣ ਜਾ ਜੋੜ ਕੇ ਦੇਖ ਮੈਂ ਉਹ ਭੜਾਕਾ ਪਾਇਆ ਗਾ ਸੀ ਗਰਾੜ ਜਿਹਾ ਵਾਲਾ ਖੜਕਦਾ ਹੁੰਦਾ ਜੀ ਇਹਨੂੰ ਵੀ ਖੋਲ ਕੇ ਘਰੇ ਰੱਖਦੇ ਨੇ ਬੜਾ ਖੜਕਾ ਹੈ ਵਾਲਾ ਕਰਦਾ ਸੀ ਟੁੱਟਾ ਮੋਟਰਸਾਈਕਲ ਟੁੱਟਾ ਪਿਆ ਇੱਥੋਂ ਤੇ ਇਹਨੂੰ ਕਰ ਦਾਂਗੇ ਬਿਨਾ ਮਗਰਾੜ ਤੋਂ ਸਿੱਧੀ ਲੰਮੀ ਮਣ ਖੜ ਜਾ लो भी स्कूटरी होगी साड़ी रेडी डायरेक्ट करती है हुण इहदी करदे आ टेस्ट ड्राइव ते टेस्ट ड्राइव लैण चले तीन जने लै भी लै जा गली च गेड़ा कढ के आई इक चंगा इधर जाया लो भी टेस्ट ड्राइव ते चले मुंडे टेस्ट ड्राइव लै के आंदे जी की कहंदी है स्कूटरी हवा पाए ओए हवा घट मगरले टायर च आ गई जी स्कूटरी टेस्ट ड्राइव ले आए स्कूटरी दा देखो असीं की हाल करता हवा पाए ओए हवा फुल करती जमा 40-45 कर दोनों टायरां च लो भी स्कूटरी अपनी होगी सक्सेसफुल ठीक है अपनी होगी सक्सेसफुल हां जिधर मर्जी ले जा सकते हैं इनू वाओ किवें चक्की जांदी ओए ओ खड़ जा एक मिनट स्टंट करके दिखाई दोबारा 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 चक के दिखाई चक के ए आ देखो यार चक्कन लगी शाला ला दी ना असि लॉग लुक पट के सारा डायरेक्टर ने लोड ही नहीं लो जी स्कूटरी अपनी होगी रेडी सारा कुछ करता तैयार है ते दो कनाट रह गए बस कसम नाल ही ओ कसने सी इत्थे आ लॉक जो पहला लाता हूं आ लॉक खोलते हैं खोलना पू किसी हिसाब न खोल के देखना कि मोटरसाइकिल चाब स्कूटरी वाला काम तो हो गया निबड़ गया लॉक तोड़ता स्कूटरी करती तैयार 15 दिन हो गए इसे खड़ी तो मोटरसाइकिल तेल फूकी जाने बेचारी 50-55 हज़ार रुपया लगे होंगे खड़ा खूह खाते अज मैं करते हैं तैयार कर देना गल तो स्कूटरी अपनी होगी रेहड़ी चार्ज ला दी कि फुल कर ली चार्ज ला दी तो आ सिस्टम करता इतने तार ना तार पड़ा भिड़ गई जो बस चल पी समझ लो स्टार्ट हो गई तार ना तार ही जोड़नी है कली तो उरला मगराट जो खड़कता से आप पट्टा तो कर इधर निम का पट्टा उड्डी जाता है
ਤੇ ਡੁੱਗੂ ਨੂੰ ਐ ਲੱਗੇ ਜਿਹੜਾ ਤਿਤਲੀ ਡੁੱਗੂ ਵਾਲਾ ਪਈ ਜਾਣੇ ਇਹਦੀ ਤਿਤਲੀ ਤਿਤਲੀ ਕੱਪੜੇ ਦੇ ਕਿਵੇਂ ਖਰਾਬ ਕਰੇ ਸਾਰੇ ਮਿੱਟੀ 'ਚ ਹਲੇ ਇੱਟਾਂ ਦਾ ਗੇੜਾ ਆਪਣਾ ਤੀਜਾ ਗੇੜਾ ਆ ਗਿਆ ਜੀ ਅੱਜ ਦੋ ਗੇੜੇ ਕੱਲ੍ਹ ਆ ਗਏ ਸੀਗੇ ਤੀਜਾ ਅੰਕਲ ਅੱਜ ਲਿਆਏ ਅਤੇ ਮੈਂ ਤਿਆਰੀ ਕਰੀ ਜਾਂਦਾ ਸੀ ਭੱਠੇ 'ਤੇ ਜਾਣ ਦੀ ਮੈਂ ਕਿਹਾ ਚੱਲ ਕਿਹਾ ਸੀ ਅੰਕਲ ਨੂੰ ਜਾ ਕੇ ਅੰਕਲ ਆਪ ਹੀ ਆ ਗਏ ਉਦੋਂ ਮਗਰ ਰੋਟੀ ਰੋਟੀ ਖਾ ਕੇ ਆਉਂਦਾ ਸੀ ਮੈਂ ਤਾਂ ਰੋਟੀ ਖਾਈ ਜਾਂਦਾ ਚੱਲ ਜਾਂਦੇ ਹਾਂ ਉਦੋਂ ਆਈ ਗਏ ਇੱਟਾਂ ਲਾਉਣ ਵਾਲੇ ਅੰਕਲ ਆਏ ਸੀਗੇ ਉਹਨਾਂ ਵਾਸਤੇ ਬਣਾਈ ਸੀ ਚਾਹ ਅਤੇ ਉਹਦੇ ਨਾਲ ਨਾਲ ਥੋੜ੍ਹੀ ਜਿਹੀ ਆਪਾਂ ਨੂੰ ਵੀ ਮਿਲ ਗਈ ਬਹਾਨੇ ਨਾਲ ਉਹ ਤਾਂ ਕਿੱਥੇ ਮਿਲਦੀ ਹੈ ਉਹ ਤਾਂ 2-3 ਵਜੇ ਜਾ ਕੇ ਮਿਲਣੀ ਸੀਗੀ ਉਹਨਾਂ ਦੇ ਬਹਾਨੇ ਨਾਲ ਆਪਾਂ ਨੂੰ ਵੀ ਥੋੜ੍ਹੀ ਜਿਹੀ ਮਿਲ ਗਈ ਕੌਣ ਮਾਰਦਾ ਕੀ ਮਾਰਦਾ ਇੱਟ ਮਾਰਦਾ ਕੁੱਟਾਂਗੇ ਆਪਾਂ ਇੱਧਰ ਨਾ ਮਾਰੀਆਂ ਇੱਟ ਸਾਡੇ ਕਿੰਨੀ ਇੱਟ ਮਾਰਦਾ ਆਪਣੇ ਹੋਣੀ ਕੋਈ ਨਹੀਂ ਕਹਿ ਦੇ ਹੁਣ ਨਹੀਂ ਮਾਰਦਾ ਦੇਖ ਕਿਵੇਂ ਹੋਈ ਬੈਠੇ ਨਹਾ ਲਾ ਪੁੱਤ ਜਾ ਕੇ ਨਹਾ ਲਾ ਕੀ ਹੋ ਗਿਆ ਪੈਡਲ ਚੱਲਦਾ ਨੀ ਫਿਰ ਹੁਣ ਕੀ ਕਰੀ ਜਾਂਦਾ ਤੂੰ ਅੱਛਾ ਹੁਣ ਤੂੰ ਠੀਕ ਕਰੀ ਜਾਂਦਾ ਹੋ ਗਿਆ ਠੀਕ ਹੋਇਆ ਨੀ ਹਜੇ ਹੱਥ ਨਾ ਦੇ ਲਈ ਇਹਦੇ ਚ ਤੂੰ ਚੈਨ ਚ मछली जल की रानी ऐसे गुरु की सीख सीख गडबु बंटू सुना दे बंटू थी बोल फाइव सिक्स सेवन एट नाइन टेन टेन माँ बंटू भी सीख गया और क्या सुनाएगा जॉनी जॉनी यस पापा इट इज अ गन नो पापा डाइन नो पापा तो वो खाला मम्मी बड़ी सियानी ਇੱਟਾਂ ਦਾ ਚੌਥਾ ਗੇੜਾ ਆ ਗਿਆ ਆਪਣਾ ਦੋ ਗੇੜੇ ਕੱਲ ਆ ਗਏ ਸੀ ਲੈ ਇਹਨੂੰ ਤੁਸੀਂ ਦੇਖ ਲਓ ਜੀ ਫੇਰ ਲਵਲੀ ਨੂੰ ਚੈਲੰਜ ਕੀਤਾ ਇਹਨੇ ਬਹੁਤ ਸੋਹਣਾ ਮੁੰਡਾ ਇਹ ਫੇਰ ਲਵਲੀ ਫੇਲ ਹੋ ਗਈ ਇਹਦੇ ਮੂਹਰੇ ਲਾਲਾ ਫੇਰ ਲਵਲੀ ਤੇ ਫੇਰ ਲਵਲੀ ਵੀ ਕਾਲੀ ਕਰਤੀ ਤਿੰਨ ਗੇੜੇ ਆ ਗਏ ਆਪਣੇ ਤੇ ਚੌਥਾ ਗੇੜਾ ਆਈ ਜਾਂਦਾ ਸੀਗਾ ਅੰਕਲ ਕਹਿੰਦੇ ਸ਼ਾਮ ਨੂੰ ਲੈ ਜਾਣਾ ਚੌਥਾ ਗੇੜਾ ਆ ਗਿਆ ਅੱਜ ਉਹ ਆ ਗਈ ਟਰਾਲੀ ਚੌਥੇ ਗੇੜੇ ਦੀ ਆ ਪਾੜ ਗਈ ਦਾ ਖੜਾ ਕਰਤਾ ਲਓ ਜੀ ਚੌਥਾ ਗੇੜਾ ਆ ਗਿਆ ਜੀ ਆਪਣੀਆਂ ਇੱਟਾਂ ਦਾ ਬਸ ਇੱਥੇ ਲੈ ਜਾਣੀਆਂ ਇੱਧਰ ਪਾ ਜਾਣੀਆਂ ਨਾਲ ਹਨਾ ਬਸ ਲਾ ਦੇ ਇੱਥੇ ਥਾਂ ਹੈਗੀ ਪਰਾਂ ਟੱਪ ਜੂਗੇ ਸਾਧਨ ਥਾਂ ਟੱਪ ਜੂ ਪਰਾਂ ਸਾਧਨ ਵਾ ਬਸ ਠੀਕ ਹੈ ਪਿੱਛੇ ਹੋ ਜਾ ਅੱਜ ਦੀ ਵੀਡੀਓ ਦਾ ਕਰਦੇ ਇੱਥੇ ਐਂਡ ਜੇ ਵੀਡੀਓ ਵਧੀਆ ਲੱਗੇ ਵੀਡੀਓ ਲਾਈਕ ਕਰਦੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਗਲੀ ਵੀਡੀਓ ਫੇਰ ਮਿਲਾਂਗੇ ਬਾਏ ਬਾਏ ਤੇ ਐਂਡ ਤੇ ਇਸ ਬੰਦੇ ਨੂੰ ਜ਼ਰੂਰ ਦੇਖ ਲਿਓ ਤੁਸੀਂ ਹਾਂ ਬਹੁਤ ਸੋਹਣਾ ਮੁੰਡਾ ਸਾਡੇ ਪਿੰਡ ਦਾ ਆਹੋ ਫੇਰ ਲਵਲੀ ਫੇਲ ਕਰਤੀ ਜੀ ਉਹਦਾ ਕਿਉਂ